ਬਿਹਾਰ ਦੀ ਰਾਜਧਾਨੀ ਸ਼੍ਰੀ ਪਟਨਾ ਸਾਹਿਬ ਵਿਖੇ ਸਿੱਖ ਗੁਰੂਆਂ ਨਾਲ ਸੰਬੰਧਿਤ ਅਨੇਕਾਂ ਧਾਰਮਿਕ ਸਥਾਨ ਮੌਜੂਦ ਨੇ, ਜਿਨ੍ਹਾਂ ਦੀ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ। ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਪਟਨਾ ਸ਼ਹਿਰ ਤੋਂ ਕਰੀਬ 20 ਕਿਲੋਮੀਟਰ ਦੂਰ ਦਾਨਾਪੁਰ ਨਗਰ 'ਚ ਗੰਗਾ ਨਦੀ ਦੇ ਕਿਨਾਰੇ ਸੁਸ਼ੋਭਿਤ ਇਤਿਹਾਸਿਕ ਗੁਰਦੁਆਰਾ ਹਾਂਡੀ ਸਾਹਿਬ ਦੇ। ਇਤਿਹਾਸ ਮੁਤਾਬਕ ਜਦੋਂ ਬਾਲ ਗੋਬਿੰਦ ਰਾਏ ਆਪਣੇ ਪਰਿਵਾਰ ਸਮੇਤ ਪੰਜਾਬ ਵਿੱਚ ਸ਼੍ਰੀ ਅਨੰਦਪੁਰ ਜਾਣ ਲਈ ਪਟਨਾ ਦੀ ਧਰਤੀ ਤੋਂ ਚਲੇ ਤਾਂ ਬਹੁਤ ਸਾਰੀ ਸੰਗਤ ਅਤੇ ਉਹਨਾਂ ਦੇ ਨਾਲ ਖੇਡਣ ਵਾਲੇ ਹਾਣੀਆਂ ਨੇ ਸੁਖਦ ਯਾਤਰਾ ਲਈ ਅਰਦਾਸਾਂ ਕੀਤੀਆਂ ਤੇ ਬਹੁਤ ਸਾਰੇ ਲੋਕ ਦੂਰ ਤੱਕ ਉਹਨਾਂ ਦੇ ਨਾਲ ਚਲਦੇ ਗਏ। ਇਸ ਦੌਰਾਨ ਗੁਰੂ ਜੀ ਨੇ ਪਹਿਲਾ ਪੜਾਅ ਦੀਨਾਪੁਰ ਦੀ ਇੱਕ ਬਿਰਧ ਔਰਤ ਜਮਨਾ ਦੇਵੀ ਦੇ ਘਰ ਕੀਤਾ। ਮਾਤਾ ਨੇ ਮਿੱਟੀ ਦੀ ਬਣੀ ਇੱਕ ਛੋਟੀ ਜਿਹੀ ਹਾਂਡੀ ਵਿੱਚ ਗੁਰੂ ਜੀ ਲਈ ਖਿਚੜੀ ਤਿਆਰ ਕੀਤੀ। ਇਹ ਖਿਚੜੀ ਬਹੁਤ ਸਾਰੀਆਂ ਸੰਗਤਾਂ ਨੂੰ ਛਕਾਈ ਗਈ ਪਰ ਖਤਮ ਨਹੀਂ ਹੋਈ। ਇਸ ਘਟਨਾ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਹਾਂਡੀ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਵਿਖੇ ਅੱਜ ਵੀ ਸੰਗਤਾਂ ਨੂੰ ਖਿਚੜੀ ਦਾ ਲੰਗਰ ਛਕਾਇਆ ਜਾਂਦਾ ਹੈ। ਪਟਨਾ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਕੇ ਜਾਂਦੀਆਂ ਨੇ। ਆਓ ਦਿਖਾਉਂਦੇ ਹਾਂ ਤੁਹਾਨੂੰ ਪਟਨਾ ਸਾਹਿਬ ਤੋਂ ਇਹ ਸਪੈਸ਼ਲ ਰਿਪੋਰਟ। ਜਦੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੀ ਬਾਲ ਅਵਸਥਾ ਦੇ ਵਿੱਚ ਬਿਹਾਰ ਦੀ ਰਾਜਧਾਨੀ ਤੋਂ ਕਰੀਬ 20 ਕਿਲੋਮੀਟਰ ਦਾਨਾਪੁਰ ਇਲਾਕੇ ਦੇ ਵਿੱਚ ਆਉਂਦੇ ਨੇ, ਪੰਜਾਬ ਨੂੰ ਜਾਂਦੇ ਸਮੇਂ ਇਸ ਰਸਤੇ ਦੇ ਵਿੱਚ ਰੁਕਦੇ ਨੇ। ਉਸ ਸਥਾਨ 'ਤੇ ਜਿਹੜੀ ਬਿਰਧ ਮਾਤਾ ਗੁਰੂ ਜੀ ਅਤੇ ਨਾਲ ਜਿਹੜੀਆਂ ਸੰਗਤਾਂ ਨੇ ਉਹਨਾਂ ਨੂੰ ਖਿਚੜੀ ਦਾ ਲੰਗਰ ਛਕਾਉਂਦੀ ਹੈ। ਪਰ ਜਦੋਂ ਗੁਰੂ ਜੀ ਇੱਥੋਂ ਵਾਪਸ ਜਾਣ ਲੱਗਦੇ ਨੇ ਤਾਂ ਉਹ ਮਾਤਾ ਕਹਿੰਦੀ ਹੈ ਕਿ ਹੁਣ ਤੁਹਾਡੇ ਸਾਨੂੰ ਦਰਸ਼ਨ ਕਿਸ ਤਰ੍ਹਾਂ ਆਉਣਗੇ। ਤਾਂ ਗੁਰੂ ਜੀ ਇੱਕ ਪੱਥਰ ਦੇ ਉੱਪਰ ਆਪਣੇ ਛੋਟੇ ਛੋਟੇ ਪੈਰ ਲਗਾ ਦਿੰਦੇ ਨੇ ਅਤੇ ਕਹਿੰਦੇ ਨੇ ਕਿ ਜਦੋਂ ਵੀ ਕੋਈ ਸੰਗਤਾਂ ਇੱਥੇ ਆਉਣਗੀਆਂ ਅਤੇ ਇਸ ਪੱਥਰ ਦੇ ਦਰਸ਼ਨ ਕਰਨਗੀਆਂ ਤਾਂ ਉਹਨਾਂ ਸੰਗਤਾਂ ਨੂੰ ਮੇਰੇ ਦਰਸ਼ਨ ਹੋ ਜਾ ਕਰਨਗੇ। ਉਹ ਪੱਥਰ ਇਸ ਵੇਲੇ ਅਸੀਂ ਲੱਗਿਆ ਤੁਹਾਨੂੰ ਦਿਖਾ ਰਹੇ ਹਾਂ। ਬਿਹਾਰ ਤੋਂ ਦੀ ਰਾਜਧਾਨੀ ਪਟਨਾ ਤੋਂ ਕਰੀਬ 20 ਕਿਲੋਮੀਟਰ ਦੂਰ ਦਾਨਾਪੁਰ ਇਲਾਕੇ ਦਾ ਇਹ ਗੁਰਦੁਆਰਾ ਸ਼੍ਰੀ ਹਾਂਡੀ ਸਾਹਿਬ ਇੱਥੇ ਬਣਿਆ ਹੋਇਆ ਹੈ। ਇਹ ਉਹ ਪੱਥਰ ਹੈ ਜਿੱਥੇ 10ਵੇਂ ਪਿਤਾ ਨੇ ਆਪਣੀ ਬਾਲ ਅਵਸਥਾ ਵਿੱਚ ਆਪਣੀ ਯਾਦ ਛੱਡਣ ਵਾਸਤੇ ਪੈਰ ਲਗਾਏ ਸਨ ਔਰ ਅੱਜ ਵੀ ਇਹ ਪੱਥਰ ਇਸ ਸਥਾਨ 'ਤੇ ਮੌਜੂਦ ਹੈ। ਤੁਸੀਂ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਇਸ ਪੱਥਰ ਦੇ, ਅਤੇ ਸੰਗਤਾਂ ਜਦੋਂ ਇਸ ਪੱਥਰ ਦੇ ਦਰਸ਼ਨ ਕਰਦੀਆਂ ਨੇ ਜਿੱਥੇ 10ਵੇਂ ਪਾਤਸ਼ਾਹ ਨੇ ਆਪਣੀ ਬਾਲ ਅਵਸਥਾ ਦੇ ਵਿੱਚ ਪੈਰ ਲਗਾਏ ਸਨ ਤਾਂ ਇੱਕ ਸੁਭਾਗ ਪ੍ਰਾਪਤ ਕਰਦੀਆਂ ਨੇ, ਵਿਭਾਗ ਪ੍ਰਾਪਤ ਕਰਦੀਆਂ ਨੇ। ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਗੁਰਦੁਆਰਾ ਹਾਂਡੀ ਸਾਹਿਬ ਦੇ ਗ੍ਰੰਥੀ ਸਾਹਿਬ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਇਸ ਪਵਿੱਤਰ ਜਿਹੜਾ ਅਸਥਾਨ ਹੈ ਉਹਦਾ ਕੀ ਇਤਿਹਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਜਾਣਕਾਰੀ ਦੇਵੋ ਇਸ ਅਸਥਾਨ ਦਾ ਕੀ ਇਤਿਹਾਸ ਹੈ ਔਰ ਕਦੋਂ ਤੋਂ ਇਸ ਅਸਥਾਨ 'ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋਇਆ ਸੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧਸੰਗਤ ਜੀਓ, ਇਸ ਅਸਥਾਨ ਦਾ ਨਾਂ ਗੁਰਦੁਆਰਾ ਹਾਂਡੀ ਸਾਹਿਬ ਦਾਨਾਪੁਰ ਅਵਸਥੀ ਘਾਟ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨਮ ਤੋਂ ਲੈ ਕੇ 7 ਸਾਲ ਤੱਕ ਪਟਨਾ ਸ਼ਹਿਰ ਵਿਖੇ ਠਹਿਰੇ। ਉਪਰੰਤ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਚਿੱਠੀ ਪੱਤਰ ਭੇਜਿਆ ਕਿ ਆਪ ਜੀ ਅਨੰਦਪੁਰ ਸਾਹਿਬ ਪਹੁੰਚ ਜਾਓ। ਉਸੇ ਵੇਲੇ 10ਵੇਂ ਪਾਤਸ਼ਾਹ ਕਮਰ ਕਸਾ ਕੀਤੇ, ਗੁਰੂ ਸਾਹਿਬ ਜੀ ਦੇ ਨਾਲ ਮਾਤਾ ਗੁਜਰੀ, ਮਾਮਾ ਕਿਰਪਾਲ ਚੰਦ ਅਤੇ ਪਟਨਾ ਨਗਰ ਨਿਵਾਸੀਆਂ ਸੰਗਤਾਂ ਪਿੱਛੇ ਪਿੱਛੇ ਚੱਲਣ ਲੱਗਿਆ। ਇਸ ਅਸਥਾਨ ਦੇ ਪਹੁੰਚਦੇ ਗੁਰੂ ਸਾਹਿਬ ਜੀ ਨੂੰ ਸ਼ਾਮ ਦਾ ਵੇਲਾ ਹੋ ਚੁੱਕਿਆ ਸੀ।
ਇਸੇ ਕਰਕੇ ਦਸਵੇਂ ਪਾਤਸ਼ਾਹ ਪਹਿਲਾ ਪੜਾਅ ਇਸੇ ਅਸਥਾਨ ਵਿਖੇ ਲਾਏ ਸਨ। ਇਹ ਅਸਥਾਨ ਜਮਨੀ ਮਾਈ ਦਾ ਹੋਇਆ ਕਰਦਾ ਸੀ। ਦਸਵੇਂ ਪਾਤਸ਼ਾਹ ਜਮਨੀ ਮਾਈ ਨੂੰ ਆਖਿਆ, ਮਾਤਾ ਜੀ, ਆਪ ਜੀ ਦੇ ਕੋਲ ਸਾਰੀਆਂ ਸੰਗਤਾਂ ਪਟਨਾ ਸਾਹਿਬ ਤੋਂ ਚੱਲ ਕੇ ਆਈਆਂ ਨੇ, ਲੰਗਰ ਪਾਣੀ ਛਕਾਓ। ਜਮਨੀ ਮਾਈ ਕੋਲ ਇੱਕ ਮਿੱਟੀ ਦੀ ਹਾਂਡੀ ਸੀ ਤੌੜੀ, ਉਹਦੇ ਵਿੱਚ ਥੋੜ੍ਹੀ ਜਿਹੀ ਖਿਚੜੀ ਰਿੱਧੀ ਸੀ। ਉਹ ਖਿਚੜੀ ਦੀ ਹਾਂਡੀ ਲਿਆ ਕੇ ਗੁਰੂ ਸਾਹਿਬ ਜੀ ਦੇ ਕੋਲ ਰੱਖ ਦਿੱਤੇ। ਦਸਵੇਂ ਪਾਤਸ਼ਾਹ ਆਪਣਾ ਕਮਰ ਕਸਾ ਉਸ ਹਾਂਡੀ ਦੇ ਉੱਤੇ ਰੱਖ ਕੇ ਅਰਦਾਸ ਕੀਤੇ। ਉਪਰੰਤ ਹੁਕਮ ਹੋਇਆ, ਮਾਤਾ ਜੀ, ਇਹ ਖਿਚੜੀ ਦਾ ਲੰਗਰ ਸਾਰੀਆਂ ਸੰਗਤਾਂ ਨੂੰ ਛਕਾਓ। ਸਾਰੀਆਂ ਸੰਗਤਾਂ ਨੇ ਰੱਜ ਕੇ ਛਕਿਆ, ਗੁਰੂ ਸਾਹਿਬ ਜੀ ਆਪ ਵੀ ਛਕੇ। ਅਤੇ ਜਦੋਂ ਮਾਤਾ ਜੀ ਉਸ ਹਾਂਡੀ ਵਿੱਚ ਵੇਖਦੇ ਹਨ, ਜਿੰਨਾ ਖਿਚੜੀ ਪਹਿਲਾਂ ਤੋਂ ਪਿਆ ਉਨਾ ਹੀ ਪਿਆ ਹੋਇਆ ਹੈ। ਉਸੇ ਸਮਾਂ ਤੋਂ ਇਸ ਅਸਥਾਨ ਦਾ ਨਾਂ ਹਾਂਡੀ ਸਾਹਿਬ ਪੈ ਗਿਆ। ਦਸਵੇਂ ਪਾਤਸ਼ਾਹ ਰਾਤ ਇਸੇ ਅਸਥਾਨ ਵਿਖੇ ਠਹਿਰੇ, ਅੰਮ੍ਰਿਤ ਵੇਲੇ ਕਮਰ ਕਸਾ ਕੀਤੇ। ਜਮਨੀ ਮਾਈ ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਸਾਹਿਬ ਜੀ, ਹੁਣ ਆਪ ਜੀ ਦਾ ਦਰਸ਼ਨ ਕਿਵੇਂ ਹੋਏਗਾ? ਉਸੇ ਵੇਲੇ ਦਸਵੇਂ ਪਾਤਸ਼ਾਹ ਜਿਸ ਪੱਥਰ ਦੇ ਉੱਤੇ ਖਲੋਤੇ ਸਨ, ਉਸੇ ਪੱਥਰ ਦੇ ਉੱਤੇ ਆਪਣੇ ਪੈਰਾਂ ਦੇ ਚਰਨਾਂ ਦੇ ਨਿਸ਼ਾਨ ਛੱਡ ਗਏ ਅਤੇ ਬਚਨ ਕਰਕੇ ਗਏ ਸਨ ਕਿ ਜੋ ਵੀ ਮਾਈ ਭਾਈ ਇਸ ਅਸਥਾਨ ਵਿਖੇ ਦਰਸ਼ਨਾਂ ਵਾਸਤੇ ਆਉਣਗੇ, ਸਾਡੇ ਪੈਰਾਂ ਦੇ ਚਰਨਾਂ ਦੇ ਦਰਸ਼ਨ ਕਰਨਗੇ, ਉਹਦੇ ਵਿੱਚ ਸਾਡੇ ਪ੍ਰਤੱਖ ਦਰਸ਼ਨਾਂ ਦਾ ਫਲ ਪ੍ਰਾਪਤ ਹੋਏਗਾ। ਸੋ ਦਸਵੇਂ ਪਾਤਸ਼ਾਹ ਜੀ ਦੇ ਪੈਰਾਂ ਦੇ ਚਰਨਾਂ ਦੇ ਨਿਸ਼ਾਨ ਉਹ ਪੀਲੇ ਬਾਕਸ ਵਿੱਚ ਆਪ ਜੀ ਦਰਸ਼ਨ ਕਰੋਗੇ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕਹਿਣ 'ਤੇ ਪਟਨਾ ਸਾਹਿਬ ਦੀ ਧਰਤੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਚਾਲੂ ਪਾਉਂਦੇ ਨੇ ਤਾਂ ਬਿਹਾਰ ਪਟਨਾ ਦੀ ਰਾਜਧਾਨੀ ਤੋਂ ਕਰੀਬ 20 ਕਿਲੋਮੀਟਰ ਦੂਰ ਦਾਨਾਪੁਰ ਨਗਰ 'ਤੇ ਇਸੇ ਸਥਾਨ ਦੇ ਉੱਤੇ ਆ ਕੇ ਠਹਿਰਦੇ ਨੇ। ਇਸੇ ਸਥਾਨ 'ਤੇ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇਹਦੇ ਨਾਲ ਹੀ ਗੰਗਾ ਨਦੀ ਵਗਦੀ ਹੈ। ਇਸੇ ਸਥਾਨ 'ਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਗੁਜਰੀ ਜੀ ਅਤੇ ਮਾਮਾ ਕਿਰਪਾਲ ਚੰਦ ਜਦੋਂ ਪੰਜਾਬ ਨੂੰ ਚਾਲੇ ਪਾਉਂਦੇ ਨੇ ਬਿਹਾਰ ਦੀ ਧਰਤੀ ਤੋਂ, ਤਾਂ ਪਹਿਲਾ ਪੜਾਅ ਜਿਹੜਾ ਹੁੰਦਾ ਹੈ ਉਹਨਾਂ ਦਾ ਇੱਥੇ ਹੁੰਦਾ ਹੈ। ਇੱਥੇ ਉਹਨਾਂ ਦਾ ਜਿਹੜਾ ਸਾਹਮਣਾ ਮਾਤਾ ਜਮਨਾ ਦੇਵੀ ਨਾਲ ਹੁੰਦਾ ਹੈ। ਜਦੋਂ ਜਮਨਾ ਦੇਵੀ ਨੂੰ ਗੁਰੂ ਜੀ ਸੰਗਤਾਂ ਸਮੇਤ ਲੰਗਰ ਪਾਣੀ ਛਕਾਉਣ ਲਈ ਬੇਨਤੀ ਕਰਦੇ ਹਨ ਤਾਂ ਜਮਨਾ ਦੇਵੀ ਮਾਤਾ ਜੀ ਇੱਕ ਆਪਣੀ ਜਿਹੜੀ ਉਹਨਾਂ ਦੀ ਛੋਟੀ ਹਾਂਡੀ ਹੁੰਦੀ ਹੈ, ਜਿਹਨੂੰ ਤੌੜੀ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਜੋ ਖਿਚੜੀ ਹੁੰਦੀ ਹੈ ਉਹ ਗੁਰੂ ਜੀ ਦੇ ਅੱਗੇ ਰੱਖ ਦਿੰਦੀ ਹੈ। ਤਾਂ ਇਸ ਤੋਂ ਉਪਰੰਤ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣਾ ਕਮਰ ਕੱਸਾ ਖੋਲ੍ਹਦੇ ਨੇ ਅਤੇ ਉਸ ਹਾਂਡੀ ਦੇ ਉੱਪਰ ਰੱਖਦੇ ਨੇ। ਜਦੋਂ ਉਸ ਹਾਂਡੀ ਦੇ ਉੱਪਰ ਆਪਣਾ ਕਮਰ ਕੱਸਾ ਰੱਖਦੇ ਨੇ ਤਾਂ ਅਰਦਾਸ ਹੁੰਦੀ ਹੈ। ਅਰਦਾਸ ਤੋਂ ਬਾਅਦ ਉਹ ਲੰਗਰ ਵਰਤਾਇਆ ਜਾਂਦਾ ਹੈ, ਖਿਚੜੀ ਦਾ ਲੰਗਰ, ਅਤੇ ਉਹ ਲੰਗਰ ਬੇਅੰਤ ਸੰਗਤ ਦੇ ਵਿੱਚ ਵਰਤਦਾ, ਪਰ ਉਸ ਲੰਗਰ ਦੀ ਸਮਾਪਤੀ ਨਹੀਂ ਹੁੰਦੀ, ਲੰਗਰ ਚੱਲਦਾ ਰਹਿੰਦਾ ਹੈ। ਇਸ ਤੋਂ ਬਾਅਦ ਜਦੋਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਅਗਲੇ ਪੜਾਅ ਲਈ ਵੱਧਦੇ ਨੇ ਤਾਂ ਮਾਤਾ ਜੀ ਅਤੇ ਸੰਗਤਾਂ ਬੇਨਤੀ ਕਰਦੀਆਂ ਨੇ ਕਿ ਮਹਾਰਾਜ ਫਿਰ ਤੁਹਾਡੇ ਦਰਸ਼ਨ ਕਦੋਂ ਹੋਣਗੇ, ਅਸੀਂ ਤੁਹਾਨੂੰ ਕਦੋਂ ਮਿਲਾਂਗੇ? ਤਾਂ ਉਸ ਸਮੇਂ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਈ ਨਾਲ ਇਹ ਬਚਨ ਕਰਦੇ ਨੇ ਕਿ ਇਹ ਜਿਹੜਾ ਪੱਥਰ ਆ ਜਿਸ 'ਤੇ ਅਸੀਂ ਹੁਣ ਇਸ ਵੇਲੇ ਆਪਣੇ ਪੈਰ ਲਗਾ ਰਹੇ ਹਾਂ, ਜਦੋਂ ਵੀ ਤੁਸੀਂ ਇਸ ਪੱਥਰ ਦੇ ਉੱਪਰ ਲੱਗੇ ਮੇਰੇ ਪੈਰਾਂ ਦੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਮੇਰੇ ਦਰਸ਼ਨ ਹੋ ਜਾਣਗੇ। ਤੋ ਇਹ ਤਸਵੀਰਾਂ ਤੁਸੀਂ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਕਰੀਬ 20 ਕਿਲੋਮੀਟਰ ਦੂਰ ਦਾਨਾਪੁਰ ਇਲਾਕੇ ਦੇ ਵਿੱਚ ਜਿਹੜਾ ਗੁਰਦੁਆਰਾ ਹਾਂਡੀ ਸਾਹਿਬ ਬਣਿਆ ਹੋਇਆ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਪੂਰਾ
इतिहास की असी तुहानू जानकारी दी। संगतां इत्थे पहुंचदियां ने और दर्शन करदियां ने। एक पासे गंगा नदी वगदी है, गंगा नदी के तट के उपर ही गुरद्वारा साहब बनिया होया है। बरसातों वेले ये गंगा नदी का पानी इस गुरद्वारा साहब नूं लग जांदा है। तो इस तरह NRI मीडिया के नाल जुड़े रहो, असी दर्शन तुहानू होर भी इस तरह के गुरुधामां दे करावांगे। कैमरामैन राजवीर सिंह बराड़ के नाल इंदरजीत सिंह चाल, NRI मीडिया, दानापुर, बिहार।